ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫੀ ਦਰਦ ਹੈ ਅੱਖ ਚ। ਮੈਂ ਹਸਪਤਾਲ ਜਾਊਂਗਾ, ਕੋਈ ਨਹੀਂ ਠੀਕ ਹੋਜੂਗਾ, ਮੇਰੀ ਫਿਕਰ ਨਾ ਕਰੋ, ਪੰਜਾਬ ਦੀ ਫਿਕਰ ਕਰੋ, ਆਪਾਂ ਪੰਜਾਬ ਨੂੰ ਠੀਕ ਕਰਨਾ। ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਰਹਿ ਗਈ, ਹੁਣ ਤੁਸੀਂ ਆਪ ਹੀ ਬੋਲੀ ਜਾਂਦੇ ਹੋ। ਝਾੜੂ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਝਾੜੂ, ਮਾਲਵਿੰਦਰ ਕੰਗ ਤੁਹਾਡੇ ਉਮੀਦਵਾਰ ਨੇ, ਡਿਪਟੀ ਸਪੀਕਰ ਸਾਹਿਬ ਬੈਠੇ ਗੜਸ਼ੰਕਰ ਵਾਲੇ, ਦਿਨੇਸ਼ ਚੱਡਾ ਬੈਠਾ, ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ, ਆਮ ਘਰਾਂ ਦੇ ਧੀਆਂ ਪੋਤਾਂ, ਦਿਲ ਕਰਦਾ ਵੋਟਾਂ ਪਾ ਦਿਓ। ਜੇ ਰਜਵਾੜਿਆਂ ਨੂੰ ਪਾਉਣੀ ਹੈ ਜਾਂ ਉਹੀ ਗੁਲਾਮੀਆਂ ਹੀ ਝੱਲਣੀਆਂ, ਉਹਨਾਂ ਨੂੰ ਪਾ ਦਿਓ, ਫਿਰ ਕੋਈ ਫਾਇਦਾ ਨਹੀਂ। ਸਾਨੂੰ ਪਾਈ ਹੋਈ ਇੱਕ ਇੱਕ ਵੋਟ ਦਾ ਮੁੱਲ ਮੋੜਾਂਗੇ, ਉਹਨਾਂ ਨੂੰ ਪਾਈ ਹੋਈ ਵੋਟ ਕੋਈ ਮੁੱਲ ਨਹੀਂ ਮੋੜਨਾ। ਦੋਨੇ ਹੱਥ ਉੱਪਰ ਚੱਕ ਕੇ ਤੂੰ ਨਾਰੇ ਲਾ ਦੋ, ਇਹ ਨਾਰੇ ਕੇਜਰੀਵਾਲ ਤੱਕ ਪਹੁੰਚਣਗੇ। ਇਨਕਲਾਬ, ਦੋਨੇ ਹੱਥ ਉੱਪਰ ਚੱਕ ਕੇ, ਇਨਕਲਾਬ, ਇਨਕਲਾਬ, ਬੋਲੇ ਸੋਨਿਆ, ਭਾਰਤ ਮਾਤਾ ਕੀ, ਵੰਦੇ ਵੰਦੇ। ਨਫ਼ਰਤ ਦੀ ਰਾਜਨੀਤੀ, ਸਮਾਜ ਨੂੰ ਵੰਡਣ ਦੀ ਰਾਜਨੀਤੀ ਦੇ ਖਿਲਾਫ਼ ਵੋਟ ਪਾਓ, ਤਾਨਾ ਸ਼ਾਹੀ ਦੇ ਖਿਲਾਫ਼ ਵੋਟ ਪਾਓ। ਲੋਕਤੰਤਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਲਿਖੇ ਹੋਏ ਸੰਵਿਧਾਨ ਨੂੰ ਬਚਾਉਣ ਵਾਸਤੇ ਵੋਟ ਪਾਓ, ਇਹੀ ਮੇਰੀ ਅਪੀਲ। ਇਹ ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫ਼ੀ ਦਰਦ ਹੈ ਅੱਖ 'ਚ। ਮੈਂ ਹਸਪਤਾਲ ਜਾਊਂਗਾ, ਕੋਈ ਨਹੀਂ ਠੀਕ ਹੋਜੂਗਾ, ਮੇਰੀ ਫਿਕਰ ਨਾ ਕਰੋ, ਪੰਜਾਬ ਦੀ ਫਿਕਰ ਕਰੋ, ਆਪਾਂ ਪੰਜਾਬ ਨੂੰ ਠੀਕ ਕਰਨਾ। ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਰਹਿ ਗਈ, ਹੁਣ ਤੁਸੀਂ ਆਪ ਹੀ ਬੋਲੀ ਜਾਂਦੇ ਹੋ। ਝਾੜੂ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ ਝਾੜੂ, ਮਾਲਵਿੰਦਰ ਕੰਗ ਤੁਹਾਡੇ ਉਮੀਦਵਾਰ ਨੇ, ਡਿਪਟੀ ਸਪੀਕਰ ਸਾਹਿਬ ਬੈਠੇ ਗੜਸ਼ੰਕਰ ਵਾਲੇ, ਦਿਨੇਸ਼ ਚੱਡਾ ਬੈਠਾ, ਸਾਡੀ ਸਾਰੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ, ਆਮ ਘਰਾਂ ਦੇ ਧੀਆਂ ਪੋਤਾਂ, ਦਿਲ ਕਰਦਾ ਵੋਟਾਂ ਪਾ ਦਿਓ। ਜੇ ਰਜਵਾੜਿਆਂ ਨੂੰ ਪਾਉਣੀ ਹੈ ਜਾਂ ਉਹੀ ਗੁਲਾਮੀਆਂ ਹੀ ਝੱਲਣੀਆਂ, ਉਹਨਾਂ ਨੂੰ ਪਾ ਦਿਓ, ਫਿਰ ਕੋਈ ਫਾਇਦਾ ਨਹੀਂ। ਸਾਨੂੰ ਪਾਈ ਹੋਈ ਇੱਕ ਇੱਕ ਵੋਟ ਦਾ ਮੁੱਲ ਮੋੜਾਂਗੇ,
ਉਹਨਾਂ ਨੂੰ ਪਾਈ ਹੋਈ ਵੋਟ ਕੋਈ ਮੁੱਲ ਨਹੀਂ ਮੁੜਨਾ। ਦੋਨੇ ਹੱਥ ਉੱਪਰ ਚੱਕ ਕੇ ਤੂੰ ਨਾਰੇ ਲਾ ਦੋ, ਇਹ ਨਾਰੇ ਕੇਜਰੀਵਾਲ ਤੱਕ ਪਹੁੰਚਣਗੇ। ਇਨਕਲਾਬ, ਦੋਨੇ ਹੱਥ ਉੱਪਰ ਚੱਕ ਕੇ, ਇਨਕਲਾਬ, ਇਨਕਲਾਬ, ਬੋਲੇ ਸੋਨੀਆ, ਭਾਰਤ ਮਾਤਾ ਕੀ, ਵੰਦੇ ਵੰਦੇ। ਨਫ਼ਰਤ ਦੀ ਰਾਜਨੀਤੀ, ਸਮਾਜ ਨੂੰ ਵੰਡਣ ਦੀ ਰਾਜਨੀਤੀ ਦੇ ਖਿਲਾਫ਼ ਵੋਟ ਪਾਓ, ਤਾਨਾ ਸ਼ਾਹੀ ਦੇ ਖਿਲਾਫ਼ ਵੋਟ ਪਾਓ। ਲੋਕਤੰਤਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਲਿਖੇ ਹੋਏ ਸੰਵਿਧਾਨ ਨੂੰ ਬਚਾਉਣ ਵਾਸਤੇ ਵੋਟ ਪਾਓ। ਇਹੀ ਮੇਰੀ ਅਪੀਲ।